ਤੇ ਸਿਰਫ ਪਾਪੜ ਹੀ ਇੰਨੇ ਕ ਰੱਖੇ ਨੇ ਹੋਰ ਕੁਝ ਨਹੀਂ ਤੁਸੀਂ ਰੱਖਦੇ ਨਹੀਂ ਹਾਂਜੀ ਹੋਰ ਕੁਝ ਹੋਰ ਵੀ ਕੁਝ ਜ਼ਿਆਦਾ ਚੀਜ਼ਾਂ ਹੋਣ ਤੇ ਫਿਰ ਸੇਲ ਵੀ ਜ਼ਿਆਦਾ ਹੋਵੇ ਵਧਾਵਾਂਗੇ ਜੀ ਹੌਲੀ ਹੌਲੀ ਅੱਛਾ ਤੇ ਰੋਟੀਆਂ ਵੀ ਲੈਂਦੇ ਆ ਜੀ ਸੁੱਕੀਆਂ ਰੋਟੀਆਂ ਵੀ ਲੈਂਦੇ ਸੁੱਕੀਆਂ ਰੋਟੀਆਂ ਲੈਂਦੇ ਜੇ ਘਰਾਂ ਦੇ ਵਿੱਚੋਂ ਫਿਰ ਇਹਨਾਂ ਨੂੰ ਕੀ ਕਰਦੇ ਜੇ ਇਦਾਂ ਕੁਵਾੜੀਆਂ ਨੂੰ ਵੇਚ ਦਿੰਦੇ ਨੇ ਕੁਵਾੜੀਆਂ ਨੂੰ ਵੇਚ ਦਿੰਦੇ ਨੇ ਸਹੀ ਹੋ ਗਿਆ ਅੱਜ ਕੋਈ ਸੇਲ ਸੂਲ ਵੀ ਕੀਤੀ ਹੈ ਕਿ ਨਹੀਂ ਬਸ ਅੱਲਾ ਸ਼ੁਕਰ ਆ ਜੀ ਬੱਚਿਆਂ ਦੀ ਰੋਜ਼ੀ ਰੋਟੀ ਮਾੜੀ ਮੋਟੀ ਆ ਜਾਂਦੀ 400-500 ਰੁਪਈਆ ਅੱਛਾ ਸਰ 400-500 ਰੁਪਏ ਇਸ ਤੋਂ ਵੱਧ ਦੀ ਖੁਆਇਸ਼ ਨਹੀਂ ਹੈਗੀ ਕਿ ਅੱਲਾ ਪਾਕ ਹੋਰ ਵੀ ਦੇ ਦੇ ਦੇਣਾ ਵਾ ਉਹ ਮਾਲਕ ਨੇ ਦੇਣਾ ਜੀ ਅੱਛਾ ਮਾਲਕ ਨੇ ਦੇਣਾ ਮਾਲਕ ਸਭ ਨੂੰ ਦਿੰਦਾ ਵਾ ਦੇਖੇ ਇਨਸਾਨ ਕਿਸ ਕਦਰ ਮਿਹਨਤ ਕਰਦਾ ਵਾ ਗਲੀ ਮੁਹੱਲਾ ਫਿਰ ਫਿਰ ਕੇ ਆਪਣੇ ਬੱਚਿਆਂ ਵਾਸਤੇ ਰੋਟੀ ਰਾਤ ਨੂੰ ਲੈ ਕੇ ਜਾਂਦਾ ਹੈ ਰੁਕ ਜਾਓ ਜੀ ਰੁਕ ਜਾਓ ਰੁਕ ਜਾਓ ਰੁਕ ਜਾਓ ਅਸਲਾਮ ਅਲੈਕਮ ਵਾਲੇਕਮ ਸਲਾਮ ਮੇਰਾ ਭਾਈ ਕੀ ਸੇਲ ਕਰ ਰਿਹਾ ਵਾ ਮੈਂ ਜੀ ਪਾਪੜ ਵੇਚਦਾ ਪਾਪੜ ਵੇਚਦੇ ਜੇ ਦਿਖਾਓ ਅੱਛਾ ਇਹ ਪਾਪੜ ਆ ਸਹੀ ਹੋ ਗਿਆ ਤੇ ਹੁਣ ਤੇ 6 ਵਜੇ ਦਾ ਟਾਈਮ ਆ ਹੁਣ ਘਰ ਨੂੰ ਜਾਣਾ ਜੀ ਬਸ ਹੁਣ ਘਰ ਜਾਣਾ ਵਾ ਤੇ ਅੱਜ ਕੋਈ ਸੇਲ ਸੂਲ ਵੀ ਕੀਤੀ ਹੈ ਕਿ ਨਹੀਂ ਬਸ ਅੱਲਾ ਸ਼ੁਕਰ ਆ ਜੀ ਬੱਚਿਆਂ ਦੀ ਰੋਜ਼ੀ ਦੀ ਰੋਟੀ ਮਾੜੀ ਮੋਟੀ ਆ ਜਾਂਦੀ 400-500 ਰੁਪਈਆ ਅੱਛਾ ਸਿਰ 400-500 ਰੁਪਏ ਇਸ ਤੋਂ ਵੱਧ ਦੀ ਖੁਆਇਸ਼ ਨਹੀਂ ਹੈਗੀ ਕਿ ਅੱਲਾ ਪਾਕ ਹੋਰ ਵੀ ਦੇ ਦੇ ਦੇਣਾ ਵਾ ਉਹ ਮਾਲਕ ਨੇ ਦੇਣਾ ਜੀ ਅੱਛਾ ਮਾਲਕ ਨੇ ਦੇਣਾ ਮਾਲਕ ਸਭ ਨੂੰ ਦਿੰਦਾ ਵਾ ਅੱਛਾ ਸਹੀ ਹੋ ਗਿਆ ਜੀ ਤੇ ਆਪਣਾ ਬੱਚੇ ਕਿੰਨੇ ਜੇ ਬੱਚੇ 3 ਨੇ ਜੀ ਤਿੰਨ ਬੱਚੇ ਨੇ ਹਾਂਜੀ ਅੱਛਾ ਕੋਈ ਘਰ ਦਾ ਸਿਸਟਮ ਸਹੀ ਚੱਲ ਰਿਹਾ ਅੱਲਾ ਦੀ ਜ਼ਾਤ ਚਲਾਈ ਜਾਂਦੀ ਜੀ ਅੱਲਾ ਦੀ ਜ਼ਾਤ ਚਲਾਈ ਜਾਂਦੀ ਹੈ ਸਹੀ ਹੋ ਗਿਆ ਜੀ ਠੀਕ ਹੈ ਅੱਛਾ ਤੇ ਕਿੰਨਾ ਸਫ਼ਰ ਕਰ ਲੈਂਦੇ ਜੇ ਮੈਂ ਜਾਣਾ 65 ਤੱਕ ਜਾਂਦਾ ਜੀ ਅੱਛਾ ਹਾਂਜੀ ਕਾਫੀ ਸਫ਼ਰ ਹੋ ਜਾਂਦਾ ਵਾ ਹੈ ਤੇ ਇਸ ਆਪਣਾ ਖਸਤਾ ਹਾਲਤ ਚ ਸਾਈਕਲ ਦੇ ਦੇ ਜੋ ਇਹਨਾਂ ਸਫ਼ਰ ਹੋ ਜਾਂਦਾ ਵਾ ਇਹ ਵੱਜਦਾ ਵਾ ਹਾਂਜੀ ਬੋਲਦਾ ਜੀ ਦਿਖਾਓ ਬੋਲ ਕੇ ਕਿਸ ਤਰ੍ਹਾਂ ਬੋਲਦਾ ਹੈ ਚਲੋ ਬੰਦ ਕਰ ਲੋ ਬੰਦ ਕਰ ਤੇ ਸਿਰਫ ਪਾਪੜ ਹੀ ਇੰਨੇ ਕ ਰੱਖੇ ਨੇ ਹੋਰ ਕੁਛ ਨੀ ਤੁਸੀਂ ਰੱਖਦੇ ਨਹੀਂ ਹਾਂਜੀ ਹੋਰ ਵੀ ਕੁਛ ਜ਼ਿਆਦਾ ਚੀਜ਼ਾਂ ਹੋਣ ਤੇ ਫਿਰ ਸੇਲ ਵੀ ਜ਼ਿਆਦਾ ਹੋਵੇ ਵਧਾਵਾਂਗੇ ਜੀ ਹੌਲੀ ਹੌਲੀ ਅੱਛਾ ਹਾਂਜੀ ਕਿਸ ਤਰ੍ਹਾਂ ਵਧਾਓਗੇ ਤੁਸੀਂ ਹੈ ਆਹ ਰੋਟੀਆਂ ਕਾਹਦੇ ਵਾਸਤੇ ਆ ਇਹ ਰੋਟੀਆਂ ਵੀ ਲੈਂਦੇ ਆ ਜੀ ਸੁੱਕੀਆਂ ਰੋਟੀਆਂ ਲੈਂਦੇ ਜੇ ਘਰਾਂ ਦੇ ਵਿੱਚੋਂ ਫਿਰ ਇਹਨਾਂ ਨੂੰ ਕੀ ਕਰਦੇ ਜੇ ਇਦਾਂ ਕੁਵਾੜੀਆਂ ਨੂੰ ਵੇਚ ਦਿੰਦੇ ਨੇ ਕੁਵਾੜੀਆਂ ਨੂੰ ਵੇਚ ਦਿੰਦੇ ਨੇ ਸਹੀ ਹੋ ਗਿਆ ਤੇ ਇਹਦੇ ਬਦਲੇ ਤੁਸੀਂ ਜਿੱਦਾਂ ਕੋ ਲੈਂਦੇ ਜੇ ਪੈਸੇ ਦਿੰਦੇ ਆ ਹਾਂਜੀ ਕਿੰਨੇ ਪੈਸੇ ਦਿੰਦੇ 1 ਕਿਲੋ ਦੇ ਕਿੰਨੇ 1 ਕਿਲੋ ਹੋ ਜਾਣ 60 ਰੁਪਏ ਦੇ ਕਿਲੋ ਅੱਛਾ 60 ਰੁਪਏ ਦੇ ਕਿਲੋ ਅੱਛਾ ਸਹੀ ਹੋ ਗਿਆ ਉਂਝ ਨਹੀਂ ਦਿੰਦੇ ਲੋਕੀ ਨਹੀਂ ਜੀ ਹੈ ਨਹੀਂ ਕੋਈ ਨਹੀਂ ਦਿੰਦੇ ਅੱਛਾ ਸਹੀ ਤੇ ਮੇਰੀ ਗੱਲ ਸੁਣੋ ਇਹ ਸਾਈਕਲ ਇੰਨੀ ਖਸਤਾ ਹਾਲਤ ਦਾ ਵਾ ਤੇ ਕਿਸ ਤਰ੍ਹਾਂ ਚਲਾ ਲੈਂਦੇ ਜੇ ਤੁਸੀਂ ਬਾਜੀ ਔਖੇ ਸੁੱਕੇ ਚਲਾਈ ਜਾਂਦੇ ਹੌਲੀ ਹੌਲੀ ਹੁਣ ਤੇ ਨਵਾਂ ਲੈ ਲਓ ਨਵਾਂ ਰੱਬ ਦੀ ਜ਼ਾਤ ਨੂੰ ਦੇਣਾ ਜੀ ਜਾਂ ਇਹਨੂੰ ਠੀਕ ਕਰਵਾ ਲਓ ਇਹ ਖਰਾਬ ਹੋ ਗਿਆ ਬਿਲਕੁਲ ਖਰਾਬ ਹੋਇਆ ਬੜੀ ਗੱਲ ਹੈ ਅੱਲਾ ਪਾਕ ਕੋ ਕਦੀ ਦੁਆ ਮੰਗੀ ਕਿ ਅੱਲਾ ਪਾਕ ਮੈਨੂੰ ਹੁਣ ਨਵਾਂ ਸੈਟ ਪੜਦਾ ਜੀ ਨਮਾਜ਼ ਪੜਦਾ ਮਾਸ਼ਾਅੱਲਾ ਅੱਛਾ ਮਾਸ਼ਾਅੱਲਾ ਮੈਂ ਪੜਦਾ ਹਰ ਚੀਜ਼ ਪੜਦਾ ਪੰਜ ਵਾਰੀ ਨਮਾਜ਼ ਪੜਦਾ ਜੀ ਤੇ ਦੁਆ ਮੰਗਦੇ ਜੇ ਕਿ ਅੱਲਾ ਮੀਆਂ ਸੈਟ ਨਵਾਂ ਦੇ ਦੇਵੇ ਮੰਗਦਾ ਜੀ ਹੈ ਹਰ ਟਾਈਮ ਦੁਆ ਮੰਗਦਾ ਜੀ ਕਿੱਥੋਂ ਰਹਿਣ ਵਾਲੇ ਹੋ ਆ ਬਰਕ ਬਸੀ ਦੇ ਭਾਜੀ ਬਰਕ ਦੇ ਬਸੀ ਕਿੱਥੇ ਹੈ ਆ 139 ਰੋਡ ਤੇ ਇੱਧਰ ਕਿਹੜਾ ਪਿੰਡ ਆ ਦੱਸੋ ਨਾ ਆ ਨਾਲ ਹੀ ਅਗਲੀ ਸਾਈਡ ਤੇ ਪੱਠਾ ਬਸਤੀ ਹੈ ਪੱਠਾ ਤੇ ਕੀ ਉਹ ਪੱਠਾ ਵਾ ਉੱਥੇ ਪੱਠਾ ਹੁੰਦਾ ਜੀ ਹੁਣ ਉਹ ਖਤਮ ਹੋ ਗਿਆ ਵਾ ਤੇ ਹੁਣ ਉਹ ਜਗ੍ਹਾ ਸਾਰੀ ਵਿਕ ਗਈ ਹੈ ਅੱਛਾ ਇੱਧਰ ਕਿਹੜੀ ਆਬਾਦੀ ਹੈ ਇੱਧਰ ਆਬਾਦੀ ਹੈਗੀ ਆ ਕੁਮਾਰ ਬਸਤੀ ਕੁਮਾਰ ਬਸਤੀ ਹਾਂਜੀ ਉੱਥੇ ਕੁਮਾਰ ਬੋਦੇ ਰਹਿੰਦੇ ਆ ਹਾਂਜੀ ਤੇ ਤੁਸੀਂ ਕੌਣ ਹੁੰਦੇ ਆ ਅਸੀਂ ਬਈ ਰਾਜਪੂਤ ਘੋੜੇ ਦਾ ਤੇ ਇਹ ਤੁਸੀਂ ਹੁਣ ਕਿਹੜੀ ਜਗ੍ਹਾ ਖੜੇ ਆਂ ਇਹ 40 ਮੋੜ ਤੇ ਖਲੋਤੇ ਆਂ 40 ਮੋੜ ਤੇ ਹਾਂਜੀ ਅੱਛਾ ਮੇਰਾ ਵੀਰੇ ਦੱਸ ਕਿ ਤੇਰੇ ਦਿਲ ਦੀ ਕੀ ਖੁਆਇਸ਼ ਆ ਹੈ ਬਸ ਮੈਨੂੰ ਦੇ ਹੀ ਖੁਆਇਸ਼ ਹੈ ਰੱਬ ਮੈਨੂੰ ਸਾਈਕਲ ਦੇ ਦੇਵੇ ਸਾਈਕਲ ਦੇ ਖੁਆਇਸ਼ ਹੈ ਵਾ ਹਾਂਜੀ ਤੇ ਦੁਆ ਮੰਗੋ ਹਾ ਫਿਰ ਅੱਲਾ ਤੇ ਦੁਆ ਮੰਗੋ ਹੱਥ ਚੁੱਕ ਕੇ ਦੁਆ ਮੰਗੋ ਅੱਖਾਂ ਬੰਦ ਕਰਕੇ ਦੁਆ ਮੰਗੋ ਹੱਥ ਵੀ ਦੇਵਾਂ ਨਹੀਂ ਚੁੱਕਦਾ ਵਾ ਉੱਚੀ ਆਵਾਜ਼ ਨਾਲ ਦੁਆ ਮੰਗੋ ਯਾ ਅੱਲਾ ਦੇ ਦੇ ਸਾਈਕਲ ਮਾਪ ਸੋਹਣੇ ਆਪਣੇ ਕਰਮ ਦੇ ਸਦਕੇ ਕਿੰਨਾ ਪਈਆਂ ਨੇ ਦੋਵਾਂ ਪਈਆਂ ਵਾਲਾ ਜਿਹੜਾ ਰੱਬ ਦੇ ਦੇਵੇ ਜੀ ਉਸ ਮਾਲਕ ਦੀ ਜ਼ਾਤ ਨੇ ਦੇਣਾ ਜੀ ਅਸੀਂ ਤਾਂ ਮਾੜੇ ਬੰਦੇ ਆ ਚਲੋ ਚਲੋ ਫਿਰ ਆਪਣੇ ਅੱਲਾ ਪਾਕ ਕੋਲੋਂ ਦੁਆ ਮੰਗੋ ਉੱਚੀ ਆਵਾਜ਼ ਨਾਲ ਦੁਆ ਮੰਗੋ ਅੱਲਾ ਪਾਕ ਬਹੁਤ ਕਰੀਬ ਜੇ ਹਾਂ ਕਰਮ ਕਰ ਸਾਰਿਆਂ ਦੇ ਮਾਲਕਾ ਸੋਹਣਿਆ ਹਰ ਕਿਸੇ ਦਾ ਕਰਮ ਕਰ ਅੱਲਾ ਪਾਕ ਸਭ ਦੇ ਦੁੱਖ ਤਕਲੀਫ ਦੂਰ ਫਰਮਾ ਅੱਲਾ ਪਾਕ ਸਭ ਕੇ ਸਭ ਵਾਸਤੇ ਆਸਾਨੀਆਂ ਕਰ ਤੇ ਅੱਲਾ ਪਾਕ ਮੇਰੇ ਵਾਸਤੇ ਵੀ ਆਸਾਨੀ ਕਰ ਦੇ ਕਿ ਮੈਨੂੰ ਨਵਾਂ ਸਾਈਕਲ ਭੇਜ ਦੇ ਮੈਨੂੰ ਨਵਾਂ ਸਾਈਕਲ ਭੇਜ ਦੇ ਮਾਲਕ ਚਲੋ ਆਓ ਫਿਰ ਆਓ ਆਪਣੇ ਸਾਈਕਲ ਦੇ ਕੋਲ ਆ ਜਾਓ ਅਗਰ ਹਮਾਰੀ ਵੀਡੀਓ ਪਸੰਦ ਆਤੀ ਹੈ ਤਾਂ ਲਾਈਕ ਕਰੇ ਸਬਸਕ੍ਰਾਈਬ ਕਰੇ ਔਰ ਬੈਲ ਆਈਕਨ ਪੇ ਕਲਿੱਕ ਕਰੇ ਹਾਂਜੀ ਹਾਂ ਰੱਬ ਕੋਲੋਂ ਸੱਚੇ ਦਿਲ ਨਾਲ ਦੁਆ ਕਰੋ ਨਾ
ਤੇ ਫਿਰ ਅੱਲਾ ਪਾਕ ਉਸੇ ਵਕਤ ਕਬੂਲ ਕਰ ਹਾਂਜੀ ਹਾਂਜੀ ਬਿਸਮਿਲਲਾ ਕਰਕੇ ਇਹ ਸਾਈਕਲ ਰਾਸ਼ਨ ਆਟਾ ਉਹ ਨਵਾਂ ਸੂਟ ਆ ਤੁਹਾਡਾ ਤੁਹਾਡੇ ਸਾਈਕਲ ਇੱਧਰ ਆਓ ਜ਼ਰਾ ਇਹ ਖੋਲ ਕੇ ਦੇਖੋ ਨਵਾਂ ਸੂਟ ਆ ਤੁਹਾਡੇ ਵਾਸਤੇ ਦੇਖੋ ਬਿਸਮਿਲਲਾ ਹਾਂ ਇਹ ਸਭ ਅੱਲਾ ਪਾਕ ਦੀ ਤਰਫੋਂ ਹੈ ਹਾਂ दूसरी बारी भी उम्र आवे तो मैं रब वार दे सोने ने मेरा फ्रीज सारता हर चीज ਫ੍ਰੀਜ ਮੇਰਾ ਫਰੇਸ਼ਨ ਫੁਸ਼ਨ ਸਾਰਾ ਕੁਝ ਮੇਰੀ ਬੇਗਮ ਦਾ ਫਰੇਸ਼ਨ ਵੀ ਬੱਚਾ ਕਿੱਦਣ ਅੱਲਾ ਪਾਕ ਨੇ ਬੇਟਾ ਆ ਹਫਤੇ ਵਾਲ ਦਿਨ ਭਾਜੀ ਤੇ ਹਫਤੇ ਬਾਅਦ ਤੁਹਾਨੂੰ ਰੱਬ ਨੇ ਆ ਬਰਕਤ ਦਿੱਤੀ ਹਾਂ ਦੇਖ ਲਓ ਉਸ ਬੇਟੇ ਦੀ ਉਸ ਉਹ ਬੇਟਾ ਮੁਕਦਰਾਂ ਵਾਲਾ ਨਾ ਕਿ ਉਹ ਆਪਣਾ ਕੇਸ ਵੀ ਫ੍ਰੀ ਹੋ ਗਿਆ ਤੇ ਅੱਲਾ ਪਾਕ ਨੇ ਵੀ ਬਰਕਤ ਦੇ ਦਿੱਤੀ ਦੇਖੋ ਬੱਚੇ ਆਪਣਾ ਨਸੀਬ ਆਪ ਲੈ ਕੇ ਆਉਂਦੇ ਨੇ ਹਾਂਜੀ ਤੇ ਜੇ ਅੱਲਾ ਪਾਕ ਦੀ ਤਰਫੋਂ ਤੁਹਾਨੂੰ ਹੋਰ ਕੁਝ ਵੀ ਮਿਲ ਜਾਵੇ ਫੇਰ ਉਹ ਰੱਬ ਦੀ ਦੇਣ ਹੈ ਜੀ ਰੱਬ ਦੀ ਦੇਣ ਆ ਰੱਬ ਹੀ ਦਿੰਦਾ ਵਾ ਜੀ ਹਾਂਜੀ ਬਿਸਮਿਲਲਾ ਰਹਿਮਾਨ ਹਾਂ ਐ ਲਓ ਜੀ ਇਹ ਗਿਨੋ तीन पाँच चार पाँच छे सात आठ नौ दस हाँ जी दस हजार ए राशन ए हाँ कपड़े ए साइकिल ठीक हो गया जी पहले ते अल्लाह पाक अल्लाह पाक अल्लाह पाक फिर ज़रिया बने ने नवाज़ साहब साड़ी साड़ी पहन ने कफरा फरा खान फरा खान हाँ जी साड़ी पहन ने जिस पैसे जिहड़े सी स्कूल वास्ते भेजे सन हां लेकिन वो स्कूल वाले जगह ते नजायज कब्जा होया सीगा हां इसके असी सारा कुछ पहन दसिया हां उन्होंने आख्या के साडे पैसे दे मुख्तलिफ लोकां नूं करो हां दुआ करना अल्लाह पाक खैरो बरकत दवे जजाए खैर दे अल्लाह पाक ओदा दित्ता कबूल करे अल्लाह पाक तुहाडे नसीबां च भी करे अल्लाह पाक उस भैन नूं सेहत वाली जिंदगी दवे अपनी ज़ुबान च रखे।